ਜੀ ਮਿੱਤਰੋ, ਇੱਕ ਵਾਰੀ ਫਿਰ ਤੁਹਾਡਾ ਆਪਣਾ ਮੇਜ਼ਬਾਨ ਵਾਰਿਸ ਅਲੀ ਵਾਰਿਸ। ਤੁਸੀਂ ਸੁਣੇ ਪ੍ਰੋਗਰਾਮ ਆਪਣਾ ਘਰਾਂ ਸਾਡੇ ਫੈਮਿਲੀ ਨਗਰ ਫੈਸਲਾਬਾਦ ਦੇ ਲਾਈਵ ਸਟੂਡੀਓ 'ਚੋਂ। ਮਿੱਤਰੋ, ਸਾਡੇ ਲਈ ਮਾਣ ਵਾਲੀ ਗੱਲ ਕਿ ਅੱਜ ਸਾਡੇ ਨਾਲ ਪੰਜਾਬੀ ਤਹਿਰੀਕ, ਪੰਜਾਬੀ ਜ਼ਬਾਨ ਦੇ ਬੜੇ ਹੀ ਮਾਣਯੋਗ ਲਿਖਾਰੀ ਜਿਹੜੇ ਕਈ ਮੁਲਕਾਂ ਤੋਂ ਅਵਾਰਡ ਹਾਸਲ ਕਰ ਚੁੱਕੇ ਨੇ, ਪਾਕਿਸਤਾਨ ਦੇ ਤਕਰੀਬਨ ਸਾਰੇ ਬੜੇ ਅਵਾਰਡ ਜਿਹੜੇ ਅਦਬੀ ਅਵਾਰਡ ਨੇ ਉਹ ਆਪਣੇ ਨਾਮ ਹੋ ਚੁੱਕੇ ਨੇ। ਅੱਜ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਜਨਾਬੀ ਅਲਿਆਸ ਗੁੰਮਣ ਸਾਹਿਬ, ਅਤੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਕਰਾਚੀ ਦੀ ਗੱਲ ਛਿੜੀ ਅਤੇ ਸਰ ਉਹ ਕੁਛ ਅਰਸਾ ਕਰਾਚੀ ਵੀ ਰਹੇ ਨੇ। ਸਰ, ਕਰਾਚੀ ਦੀਆਂ ਕੁਛ ਯਾਦਾਂ ਸ਼ੇਅਰ ਕਰੋ ਦੋਸਤਾਂ ਦੇ ਨਾਲ। ਵਾਰਸ ਜੀ, ਤੁਸੀਂ ਬਹੁਤ ਹੀ ਪੁਰਾਣੀਆਂ ਗੱਲਾਂ ਜਿਹੜੀਆਂ ਨੇ ਉਹ ਯਾਦ ਮੈਨੂੰ ਕਰਾ ਦਿੱਤੀਆਂ ਨੇ, ਔਰ ਮੈਂ ਇਸ ਹਵਾਲੇ ਨਾਲ ਵੀ ਕਰਾਚੀ ਨੂੰ ਹੀ ਸਲਾਮ ਪੇਸ਼ ਕਰਨਾ ਕਿ ਕਰਾਚੀ ਨੇ ਮੇਰੇ ਇਸ ਜਿਹੜਾ ਘਰੋਂ ਇੱਕ ਜਜ਼ਬਾ ਮੇਰੇ ਅੰਦਰ ਪੰਜਾਬੀ ਪਿਆਰ ਦਾ ਸੀ ਉਹਨੂੰ ਪੂਰੀ ਤਰ੍ਹਾਂ ਫਿਰ ਜਗਾ ਦਿੱਤਾ। ਕਿਉਂਕਿ ਕਈ ਵਾਰੀ ਨਾ ਮਾਹੌਲ ਵੀ ਤੁਹਾਨੂੰ ਚਾਹੀਦਾ ਹੁੰਦਾ ਜਿੱਥੇ ਤੁਸੀਂ ਜਿਹੜਾ ਨਾ ਵਧੀਆ ਢੰਗ ਨਾਲ ਕੰਮ ਕਰ ਸਕੋ। ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਇੱਥੇ ਗੌਰਮੈਂਟ ਕਾਲਜ ਲਾਹੌਰ ਵਿੱਚ ਜਿਹੜਾ ਮੈਂ BSC ਕਰਦਾ ਸਾਂ ਪਿਆ, ਫਿਰ ਇੱਥੋਂ ਮੈਂ ਦਾਊਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿੱਚ ਮੈਨੂੰ ਐਡਮਿਸ਼ਨ ਮਿਲਿਆ ਅਤੇ ਮੈਂ ਚਲਾ ਗਿਆ ਕਰਾਚੀ। ਅਤੇ ਉੱਥੇ ਮੈਂ ਜੋ ਮਾਹੌਲ ਵੇਖਿਆ ਉਹਦੇ ਮੁਤਾਬਕ ਮੇਰੇ ਜ਼ਿਹਨ ਵਿੱਚ ਇਹ ਸੀ ਕਿ ਹੁਣ ਲੋੜ ਇਸ ਵਕਤ ਦੀ ਕਿ ਅਸੀਂ ਪੰਜਾਬੀ ਸਟੂਡੈਂਟ ਐਸੋਸੀਏਸ਼ਨ ਉੱਥੇ ਬਣੀ ਸੀ, ਲੇਕਿਨ ਮੈਂ ਜਿਹੜੀ ਬੁਨਿਆਦ ਰੱਖੀ ਇਹ ਮੈਂ 1981 ਦੀ ਗੱਲ ਕਰ ਰਿਹਾ, ਪੰਜਾਬੀ ਅਦਬੀ ਸੁਸਾਇਟੀ ਦੀ ਬੁਨਿਆਦ ਰੱਖੀ ਉਹ ਮੈਂ ਹੀ ਉਹਦੀ ਨੀਂਹ ਉੱਥੇ ਰੱਖੀ ਸੀ। ਉਹਦੇ ਨਾਲ ਹੀ ਅਸੀਂ ਪੰਜਾਬੀ, ਔਰ ਪਹਿਲੇ ਸਾਡਾ ਇੱਕ ਕਿਉਂਕਿ ਲੋਕਾਂ ਦੂਜਿਆਂ ਨਾਲ ਵੀ ਮੁਕਾਲਮਾ ਹੁੰਦਾ ਸੀ, ਔਰ ਉਰਦੂ ਪੰਜਾਬੀ ਇੱਕ ਅਸੀਂ ਮਾਹਨਾਮਾ ਜਾਂ ਮਹੀਨਾਵਾਰ ਇੱਕ ਖਬਰਨਾਮਾ ਸਹਿਰ ਦੇ ਨਾਂ ਨਾਲ ਜਿਹੜਾ ਸ਼ੁਰੂ ਕੀਤਾ, ਜਿਹੜਾ ਅਸਲ ਵਿੱਚ ਪੰਜਾਬੀ ਸਟੂਡੈਂਟ ਐਸੋਸੀਏਸ਼ਨ ਦਾ ਤਰਜਮਾਨ ਸੀ। ਜੀ, ਉਹਦੇ ਤੋਂ ਹੀ ਕੰਮ ਸਟਾਰਟ ਹੋਇਆ। ਅਸੀਂ ਜਿਹੜਾ ਉਹ ਪੰਜਾਬੀ ਸ਼ਾਇਰ ਜਿਹੜੇ ਕਰਾਚੀ ਦੇ ਸਨ, ਫਿਰ ਹੌਲੀ ਹੌਲੀ ਪੰਜਾਬ ਵੱਲ ਵੀ ਆ ਗਏ, ਔਰ ਫਿਰ ਅੱਗੇ ਅਸੀਂ ਕੰਮ ਇਸ ਨੂੰ ਵਧਾਇਆ, ਔਰ ਇਹ ਪੰਜਾਬੀ ਅਦਬੀ ਸੁਸਾਇਟੀ ਨੇ ਆਪਣਾ ਖਿਲਾਰ ਸਿਰਫ ਇਸ ਕਾਲਜ ਵਿੱਚ ਹੀ ਨਹੀਂ ਰੱਖਿਆ, ਕਈ ਹੋਰ ਅਦਾਰਿਆਂ ਵਿੱਚ ਵੀ ਜਿਹੜਾ ਉਸ ਵੇਲੇ ਕਈ ਮੈਗਜ਼ੀਨ ਸ਼ੁਰੂ ਹੋਏ। ਅਤੇ ਮੈਂ ਇਸ ਗੱਲ ਦਾ ਵੀ ਮੈਨੂੰ ਫਖਰ ਹੈ ਕਿ ਜਿਹੜਾ ਇਸ ਕਾਲਜ ਦਾ ਅੱਜ ਵੀ ਮੈਗਜ਼ੀਨ, ਬਲਕਿ ਹੁਣ ਯੂਨੀਵਰਸਿਟੀ ਬਣ ਚੁੱਕੀ ਹੈ, ਨਿਕਲਦਾ ਸੋਹਣੀ ਧਰਤੀ, ਉਹ ਮੈਂ ਹੀ ਪਹਿਲੀ ਵਾਰੀ 1985 ਵਿੱਚ ਛਾਪਿਆ ਸੀ। ਇਹ ਵੀ ਪੂਰਾ ਇੱਕ ਸਾਲਨਾਮਾ ਹੁੰਦਾ, ਇਹ ਵੀ ਤੁਸੀਂ ਕਹਿ ਲਓ ਕਿ ਸਾਹਿਤ ਜਿਹੜਾ ਸਾਡਾ ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਪਰਚਾ ਜਾਂ ਇੱਕ ਮਜੱਲਾ, ਉਹਦੀ ਇੱਕ ਇਬਤਦਾਈ ਸ਼ਕਲ ਸੀ ਉਹ। ਜੀ ਜੀ, ਹਾਂਜੀ। ਅਤੇ ਇਸ ਤਰ੍ਹਾਂ ਇਹ ਕੰਮ ਜਿਹੜਾ ਨਾ ਪੰਜਾਬੀ ਦਾ ਉਹ ਅੱਗੇ ਵਧਿਆ, ਔਰ ਉਹਦੇ ਨਾਲ ਇਹ ਕੀ ਹੋਇਆ ਕਿ ਅਸੀਂ ਆਪਣੀ ਪੰਜਾਬੀ ਦੀ ਇੱਕ ਤਾਰੀਖ ਵੀ ਲਿਖਣ ਨਾਲ ਸ਼ੁਰੂ ਕਰ ਦਿੱਤੀ, ਨਾਲ ਉੱਥੇ ਦੇ ਪੰਜਾਬੀਆਂ ਦੇ ਮਸਲੇ ਮਸਾਇਲ ਵੀ, ਨਾਲ ਜਿਹੜੇ ਸਟੂਡੈਂਟ ਦੇ ਮਸਲੇ ਸਨ ਉਹ ਵੀ ਲਿਖੇ, ਅਤੇ ਇੱਕ ਰਿਕਾਰਡ ਵੀ ਕਹਿ ਲਓ ਕਿ ਉਸ ਤਾਰੀਖ ਨੂੰ ਵੀ ਅਸੀਂ ਮਹਿਫੂਜ਼ ਕਰ ਲਿਆ। ਕਿੰਨਾ ਅਰਸਾ ਸਰ ਕਰਾਚੀ ਤੁਸੀਂ ਗੁਜ਼ਾਰਿਆ ਅੰਦਾਜ਼ਨ? ਨਹੀਂ ਜੀ, ਪੂਰੇ ਦਿਨ ਮੈਨੂੰ ਯਾਦ ਨੇ, ਮੈਂ 1981 ਵਿੱਚ ਗਿਆ ਸਾਂ, ਅਤੇ ਜਿਹੜਾ 1986 ਵਿੱਚ ਮੇਰੀ ਫਿਰ ਵਾਪਸੀ ਹੋ ਗਈ, ਔਰ ਮੈਂ ਜੋਬ ਦਾ ਸਿਲਸਿਲਾ ਸੀ? ਨਹੀਂ ਨਹੀਂ, ਮੇਰਾ ਤਾਲੀਮ ਦਾ ਸਿਲਸਿਲਾ ਸੀ। ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕਰ ਰਿਹਾ ਸਾਂ ਇਸ ਕਾਲਜ ਤੋਂ, ਜਿਹੜਾ ਅਸਲ ਵਿੱਚ ਡਿਗਰੀ ਹੈ NND ਯੂਨੀਵਰਸਿਟੀ ਦਿੰਦੀ ਹੈ ਇੱਥੇ, ਅਤੇ ਹੁਣ ਤਾਂ ਇਹ ਆਪ ਯੂਨੀਵਰਸਿਟੀ ਹੈ, ਅਤੇ ਉਸ ਸਿਲਸਿਲੇ ਵਿੱਚ ਇੱਥੇ ਮੈਂ ਰਿਹਾ, ਔਰ ਇਹ ਬੜੇ ਹੀ ਭਰਵੇਂ ਕਹਿ ਲਓ ਸਾਲ ਸਨ, ਔਰ ਇੱਕ ਹਿਸਾਬ ਨਾਲ ਪੰਜਾਬੀਆਂ ਲਈ ਵੀ ਬੜੇ ਔਖੇ ਸਾਲ ਸਨ। ਉੱਥੇ ਦੇ ਜੋ ਸਿਆਸੀ ਇਲਾਰ ਨੇ ਜਾਂ ਜੋ ਵੀ ਨੇ, ਅਸੀਂ ਉਹਦੀ ਕੋਈ ਜ਼ਿਆਦਾ ਡਿਟੇਲ ਤਾਂ ਨਹੀਂ ਜਾਂਦੇ, ਲੇਕਿਨ ਇਹ ਵੇਖ ਕੇ ਉਹਦੀ ਵਜ੍ਹਾ ਨਾਲ ਸਾਡਾ ਆਪਣਾ ਜਿਹੜਾ ਪੰਜਾਬੀ ਹੋਣ ਦਾ, ਪੰਜਾਬੀ ਬਣਨ ਦਾ, ਪੰਜਾਬੀ ਲਿਖੋ ਪੜ੍ਹੋ ਇਹ ਵਾਲੀ ਤਹਿਰੀਕ ਜਿਹੜੀ ਹੈ ਨਾ, ਉੱਥੋਂ ਫਿਰ ਬੜੇ ਸ਼ੁਰੂ ਹੋਈ। ਅਸੀਂ ਵਾਕਈ ਬਹੁਤ ਜ਼ਿਆਦਾ ਗੱਲ ਤਾਂ ਨਹੀਂ ਕਰਾਂਗੇ, ਹੁਣ ਬਹੁਤ ਬਿਹਤਰ ਹਾਲਾਤ ਨੇ ਕਰਾਚੀ ਦੇ, ਇੱਕ ਦੌਰ 'ਚ ਕਰਾਚੀ ਰੌਸ਼ਨੀਆਂ ਦਾ ਸ਼ਹਿਰ ਵੀ ਸੀ, ਲੇਕਿਨ ਇੱਥੇ ਇੱਕ ਗੱਲ ਮੈਂ ਜ਼ਰੂਰ ਐਡ ਕਰਾਂਗਾ ਕਿ ਜਿੰਨਾ ਖੁੱਲ੍ਹੇ ਦਿਲ ਵਾਲਾ ਪੰਜਾਬੀ ਆ ਨਾ, ਅੱਲਾ ਕਰੇ ਸਾਰੇ ਹੋ ਜਾਣ ਅਤੇ ਮੁਲਕ ਜਿਹੜਾ ਨਾ ਇੱਕ ਨਮੂਨਾ ਬਣ ਜਾਏ ਪੂਰੀ ਦੁਨੀਆ ਦੇ। ਬਹੁਤ ਸੋਹਣੀ ਗੱਲ ਕੀਤੀ ਹੈ ਜੀ ਵਾਰਸ ਜੀ। ਅਸਲ ਵਿੱਚ ਸਾਡੇ ਹਰ ਬੰਦੇ ਦਾ ਨਾ ਰਿਐਕਸ਼ਨ ਉਹਦਾ ਕੁਦਰਤੀ ਹੁੰਦਾ ਹੈ। ਜੀ ਜੀ, ਮੇਰੇ ਤੋਂ ਦੂਜੇ ਜਿਹੜੇ ਸਨ ਨਾ ਲਹਿਦਾ ਕਹਿ ਲਓ ਕਿ ਨਾਲ ਦੇ ਹੀ ਇਸੇ ਤਨਜ਼ੀਮ ਦੇ ਦੋਸਤ ਜਿਹੜੇ ਉਸ ਵੇਲੇ ਪੰਜਾਬੀ ਸਟੂਡੈਂਟ ਐਸੋਸੀਏਸ਼ਨ ਦੇ ਸਨ, ਉਹਨਾਂ ਦਾ ਰਿਐਕਸ਼ਨ ਜਾਂ ਰੱਦੇ ਅਮਲ ਹੋਰ ਤਰ੍ਹਾਂ ਦਾ ਹੁੰਦਾ ਸੀ। ਮੇਰਾ ਸ਼ੁਰੂ ਤੋਂ ਇਸ ਦੇਣ ਵਿੱਚ ਕਿ ਪਾਕਿਸਤਾਨ ਨੂੰ ਮਜ਼ਬੂਤ ਕਰਨ ਲਈ ਨਫ਼ਰਤ ਦਾ ਜਵਾਬ ਨਫ਼ਰਤ ਨਾਲ ਨਹੀਂ ਦੇਣਾ, ਯਾਨੀ ਉਹਨਾਂ ਨੂੰ ਹੀ ਸਮਝਾਉਣਾ ਕਿ ਭਾਈ ਇਹ ਮੁਲਕ ਰਹੇਗਾ ਤੇ ਅਸੀਂ ਰਵਾਂਗੇ। ਯਾਨੀ ਅਸਲ ਬੁਨਿਆਦ ਸਾਡਾ ਮੁਲਕ ਸੀ,
ਔਰ ਹੈ ਇਨਸ਼ਾਅੱਲਾ ਔਰ ਉਹਦੇ ਨਾਲ ਪੰਜਾਬੀ ਹੋਵੇ, ਸਿੰਧੀ ਹੋਵੇ, ਬਲੋਚੀ ਹੋਵੇ, ਸਾਰੀਆਂ ਪਸ਼ਤੋ ਸਾਡੀਆਂ ਆਪਣੀਆਂ ਜ਼ਬਾਨਾਂ ਨੇ। ਇਹਨਾਂ ਦੀ ਤਰੱਕੀ ਜਿਹੜੀ ਹੈ ਅਸੀਂ ਉਹਨਾਂ ਦੀ ਵੀ ਕਹਿੰਦੇ ਹਾਂ ਕਿ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਤਰੱਕੀ ਕਰਨ, ਉਹਨਾਂ ਨੂੰ ਵੀ ਹੱਕ ਹਕੂਕ ਸਾਰੇ ਮਿਲਣ। ਲੇਕਿਨ ਅਸੀਂ ਆਪਣੀ ਮਾਂ ਬੋਲੀ ਦੀ, ਆਪਣੀ ਪੰਜਾਬੀ ਜ਼ਬਾਨ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸਾਡੀ ਪੰਜਾਬੀ ਜ਼ਬਾਨ ਨੂੰ ਖਸੂਸੀ ਤੌਰ 'ਤੇ ਪੰਜਾਬ ਵਿੱਚ ਔਰ ਜਿੱਥੇ ਜਿੱਥੇ ਵੀ ਸਾਡੇ ਪੰਜਾਬੀ, ਹੁਣ ਤਾਂ ਪੂਰੀ ਦੁਨੀਆਂ 'ਚ ਖਿਲ ਰਹੇ ਨੇ, ਉੱਥੇ ਵੀ ਉਹਨਾਂ ਦਾ ਵਿਰਸਾ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ, ਕਿਉਂਕਿ ਸਾਨੂੰ ਜੋੜਦਾ ਪਿਆ। ਔਰ ਇਹ ਇੱਕ ਗੱਲ ਤੁਹਾਡੇ ਮੈਂ ਜ਼ਿਹਨ ਸ਼ੀਨ ਕਰਾ ਦਿਆਂ ਕਿ ਜ਼ਬਾਨਾਂ ਹਮੇਸ਼ਾ ਲੋਕਾਂ ਨੂੰ ਧਰਤੀ ਦੇ ਨੇੜੇ ਲੈ ਕੇ ਜਾਂਦੀਆਂ ਨੇ, ਕੋਈ ਸ਼ੱਕ ਨਹੀਂ। ਪੂਰੇ ਯੂਰਪ ਵਿੱਚ ਵੀ ਜਿਹੜਾ ਨਾ, ਅਗਰ ਇੱਕ ਬੱਚਾ ਇੰਗਲੈਂਡ ਵਿੱਚ ਪੈਦਾ ਹੁੰਦਾ ਨਾ, ਤਾਂ ਉਹਨੂੰ ਵੀ ਇੱਕ ਯੂਰਪੀਅਨ ਲੈਂਗੁਏਜ, ਇੱਕ ਹੋਰ ਬੋਲੀ ਲਾਜ਼ਮੀ ਪੜ੍ਹਨੀ ਪੈਂਦੀ ਹੈ, ਭਾਵੇਂ ਉਹ ਫਰੈਂਚ ਪੜ੍ਹੇ, ਜਰਮਨ ਪੜ੍ਹੇ। ਇਹ ਸਾਡੇ ਮੁਲਕ ਵਿੱਚ ਇੰਝ ਕੀ ਹੋਵੇ ਕਿ ਅਗਰ ਮੈਂ ਪੰਜਾਬੀ ਹਾਂ, ਸਭ ਤੋਂ ਪਹਿਲਾਂ ਮੈਨੂੰ ਬੱਚੇ ਨੂੰ ਪੰਜਾਬੀ ਪੜ੍ਹਾਈ ਜਾਏ, ਫਿਰ ਉਹਨੂੰ ਕਿਹਾ ਜੇ ਲੈ ਬਈ ਇੱਕ ਤੂੰ ਹੋਰ ਚੋਇਸ ਕਰ ਆਪਣੇ ਭੋਲੇ ਮੁਲਕ ਦੀਆਂ ਜ਼ਬਾਨਾਂ ਵਿੱਚੋਂ, ਉਹ ਪਸ਼ਤੋ ਸਿੱਖ ਲਏ ਜੇ ਬਲੋਚੀ ਸਿੱਖ ਲਏ ਕੋਈ ਹੋਰ, ਔਰ ਉਹਦੇ ਉਹਨੂੰ ਵਾਧੂ ਨੰਬਰ ਦਿੱਤੇ ਜਾਣ, ਤਾਂ ਕਿ ਲੋਕ ਇੱਕ ਦੂਜੇ ਦੀ ਜ਼ਬਾਨ ਸਿੱਖਣ, ਬੋਲਣ ਤੇ ਇੱਕ ਦੂਜੇ ਦੇ ਨੇੜੇ ਆਉਣ। ਵੈਸੇ ਵੀ ਨਾ ਸਰ, ਸਿਆਣੇ ਜਿਹੜੇ ਕਹਿੰਦੇ ਨੇ, ਜਿੰਨੇ ਮਾਹਿਰੀਨ ਨੇ ਤਾਲੀਮ ਦੇ ਹਵਾਲੇ ਨਾਲ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਕੁਦਰਤੀ ਜ਼ਹਾਨਤ ਆ ਨਾ ਬੱਚੇ ਦੇ ਅੰਦਰ, ਉਹ ਆਪਣੀ ਜ਼ਬਾਨ, ਯਾਨੀ ਅਸੀਂ ਖਾਬ ਵੀ ਦੇਖਦੇ ਹਾਂ ਤਾਂ ਆਪਣੀ ਜ਼ਬਾਨ 'ਚ ਦੇਖਦੇ ਹਾਂ। ਬਿਲਕੁਲ 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 ਬਿਲਕੁਲ, ਇਹ ਤੁਸੀਂ ਬਿਲਕੁਲ ਸਹੀ ਕਿਹਾ। ਔਰ ਜਿਹੜਾ ਇਹ ਪੂਰੀ ਇੱਕ ਖੋਜ ਹੈ ਕਿ ਜਦੋਂ ਇੱਕ ਬੱਚਾ ਤਕਰੀਬਨ ਕੋਈ 4-5 ਸਾਲ ਦਾ ਸਕੂਲ ਜਾਣ ਦੀ ਉਮਰ ਵਿੱਚ ਹੁੰਦਾ ਨਾ, ਮੈਂ ਇੱਕ ਪੇਂਡੂ ਬੱਚੇ ਦੀ ਜਿਹਨੂੰ ਜਿਹੜਾ ਨਾ ਪੰਜਾਬੀ ਮਾਹੌਲ ਮਿਲਦਾ ਔਰ ਸਭ ਕੁਛ ਉਹ ਪੰਜਾਬੀ ਸਿੱਖਿਆ ਹੁੰਦਾ, ਲੇਕਿਨ ਜਦੋਂ ਉਹ ਸਕੂਲੇ ਪਹੁੰਚ ਜਾਂਦਾ ਤਾਂ ਉਹਦੇ ਸਾਰੇ ਲਫ਼ਜ਼ ਜਿਹੜੇ ਸਿੱਖੇ ਨੇ ਉਹ ਜ਼ੀਰੋ ਹੋ ਜਾਂਦੇ ਨੇ। ਮੈਂ ਉਸ ਦੀ ਗੱਲ ਪਿਆ ਕਰਨਾ ਕਿ ਉਹ ਇੱਕ ਜ਼ਬਾਨ ਜਿਹੜੀ ਮਾਂ ਨੇ ਸਿਖਾਈ ਹੈ, ਨਾਨੀ ਦਾਦੀ ਜਾਂ ਦਾਦੇ ਨਾਨੇ ਨੇ ਸਿਖਾਈ ਹੈ, ਭਰਾਵਾਂ ਸਿਖਾਈ ਹੈ, ਭੈਣਾਂ ਸਿਖਾਈ ਹੈ, ਉਹ ਉੱਥੇ ਜਾ ਕੇ ਇੱਕ ਵਾਰੀ ਸਿਫਰ ਹੋ ਜਾਂਦੀ ਹੈ। ਔਰ ਉਹਦੇ ਲਈ ਇੱਕ ਨਵੀਂ ਜ਼ਬਾਨ ਸਿੱਖਣਾ ਔਰ ਉਹਦੇ ਵਿੱਚ ਇਲਮ ਹਾਸਲ ਕਰਨਾ ਜਿਹੜਾ ਨਾ, ਉਹ ਇੱਕ ਅਲੱਗਾ ਇੱਕ ਮਸਲਾ ਬਣ ਜਾਂਦਾ। ਸਾਨੂੰ ਆਪਣੀਆਂ ਜ਼ਬਾਨਾਂ ਦੀ ਇੱਜ਼ਤ, ਇਹਤਰਾਮ ਔਰ ਉਹਨਾਂ ਦੀ ਮੁਨਾਸਿਬ ਥਾਂ ਉਹਨਾਂ ਨੂੰ ਦੇਣਾ ਜਿਹੜਾ, ਔਰ ਉਹਨਾਂ ਨੂੰ ਜ਼ਰੀਆ ਤਲੀਮ ਬਣਾਉਣਾ ਪੰਜਾਬੀ ਨੂੰ, ਪੰਜਾਬ ਦੇ ਵਿੱਚ ਇੰਤਹਾਈ ਜ਼ਰੂਰੀ ਹੈ। ਸਰ, ਸਵਾਲ ਤੋਂ ਸਵਾਲ ਨਿਕਲੇ ਜਾ ਰਹੇ ਨੇ, ਸਹੀ, ਅਤੇ ਮੈਨੂੰ ਲੱਗ ਰਿਹਾ ਕਿ ਜਿਵੇਂ ਵੇਲਾ ਜਿਹੜਾ ਨਾ, ਇਹਨੇ ਸਾਡਾ ਸਾਥ ਨਹੀਂ ਦੇਣਾ ਅਤੇ ਸਵਾਲ ਸਾਡੇ ਫਿਰ ਰਹਿ ਜਾਣੇ ਆ, ਅਤੇ ਮੇਰੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਸਵਾਲ ਕਰ ਲਈਏ, ਅਤੇ ਇਹ ਮਿੱਤਰ ਤੁਹਾਡੀ ਸ਼ਖਸੀਅਤ ਦੇ ਹਵਾਲੇ ਨਾਲ, ਤੁਹਾਡੇ ਅਦਬੀ ਇਹ ਕੰਮਕਾਰ ਦੇ ਹਵਾਲੇ ਨਾਲ ਜ਼ਿਆਦਾ ਤੋਂ ਜ਼ਿਆਦਾ ਜਾਣ ਲੈਣ, ਅਤੇ ਸਾਨੂੰ ਤਾਂ ਅਲਹਮਦੁਲਿਲਾ ਇਹ ਇਜ਼ਾਜ਼ ਆ ਸਾਡੇ ਲਈ ਕਿ ਅਸੀਂ ਇੱਕ ਪਿਛਲੇ 20-25 ਸਾਲ ਤੋਂ, 20-25 ਸਾਲਾਂ ਤੋਂ ਅਸੀਂ ਤੁਹਾਨੂੰ ਜਾਣ ਰਹੇ ਹਾਂ ਅਤੇ ਤੁਹਾਡੇ ਕੰਮ ਨੂੰ ਦੇਖ ਰਹੇ ਹਾਂ। ਇੱਕ ਬ੍ਰੇਕ ਦਾ ਅਵੇਲਾ ਹੋ ਗਿਆ ਅਤੇ ਬ੍ਰੇਕ ਮਿਲ ਗਿਆ।